ਨਮਸਕਾਰ ਹਫਤੇ ਦੇ ਲੇਖੇ ਜੋ ਖਿਚਤ ਹੁੰਦਾ ਸਭਨੇ ਦਾ ਸਵਾਗਤ ਹੈ ਮਿਆ ਰਜਨੀ ਅਨੁਭਵ ਆ ਸਭਨੇ ਸ਼ਹਿਰ ਪਲੇਪਾਲ ਪਾ ਨਿਆ ਹਫਤੇ ਪਰਚ ਉਈ ਦੀ ਗਤੀਵਿਧੀਆਂ ਪਰ ਜੰਮੂ ਕਸ਼ਮੀਰ ਚ 74ਵੇਂ ਅਮੈਂਡਮੈਂਟ ਦੇ ਬਾਅਦ ਕਈ ਵਿਭਾਗਾਂ ਕੀ ਨਗਰ ਨਿਗਮ ਦੇ ਅਧੀਨ ਕਰ ਦਿੱਤਾ ਗਿਆ ਜਿਸ ਕੇ ਲਈ ਇਹ ਸੋਮਵਾਰੇ ਜੰਮੂ ਨਗਰ ਨਿਗਮ ਦੀ ਡਿਪਟੀ ਮੇਅਰ

ਤਵਾ ਕਿਸ਼ ਦਿਨ ਪਹਿਲੇ ਨਗਰੋਟਾ ਦੇ ਬੰਡ ਟੋਲ ਪਲਾਜ਼ਾ 'ਚ ਮਾਰੇ ਗਏ ਜੈਸ਼ੀ ਮੋਮਨਦ ਦੇ ਚਾਰ ਆਤੰਗਵਾਦੀ ਇਸੇ சுரੰਗ ਥਵਾ ਬਾਰ ਆਏ ਸੁਰੰਗ ਕੀ ਬੀਐਸਐਫ ਤੇ ਜੰਮੂ ਕਸ਼ਮੀਰ ਪੁਲਸਾ ਦੇ ਗਸ਼ਤੀਦਾਲ ਨੇ ਧੁਪਿਆ ਜੰਮੂ ਕਸ਼ਮੀਰ ਪੁਲਸਾ ਦੇ ਮਹਾਨਿਦੇਸ਼ਕ ਦਿਲਬਖ ਸਿੰਘੋ ਨੇ ਆਖਿਆ ਕਿ சுரੰਗ ਦੇ ਜ਼ਰੀਏ ਹੋਰ ਵੀ ਮਤਿਆਰੇ ਆਤੰਕੀਏ ਦੇ ਪਾਰਤੀ ਖੇਤਰ 'ਚ ਗੁਸਫੜ ਥਵਾ ਇਨਕਾਰ ਨਹੀਂ ਕੀਤਾ ਜਾਦਾ ਉੱਥੇ ਗਿਆ ਜੰਮੂ ਬੀਐਸਐਫ ਫਰੰਟੀਅਰ ਦੇ ਪੁਲਿਸ ਮਹਾਨਿਰਿਖਸ਼ਕ ਐਨਐਸ ਚੰਬਾਲੂ ਦਾ ਇਹ ਆਖਣਾ ਹੈ ਜੇ ਇਹ ਟਨਲ ਅੰਤਰਰਾਸ਼ਟਰੀ ਸੀਮਾ ਉਪਰ ਗ੍ਰਾਂ ਅਰੀਗਾਲ ਦੇ ਕੋਲ ਬੀ ਹੈ ਜਿਹੜੀ ਕਿ ਜ਼ੀਰੋ ਲਾਈਨ ਦੇ ਬਿਲਕੁਲ ਨੇੜੇ ਹੈ ਨੈਸ਼ਨਲ ਕਾਨਫਰੰਸ ਦੇ ਪ੍ਰਦੇਸ਼ ਪ੍ਰਧਾਨ ਤੇ ਸਾਂਸਰ ਡਾਕਟਰ ਫਾਰੂਕੁੱਦੁੱਲਾ ਤੇ ਉਹਨਦੇ ਪੁੱਤਰ ਪੁਰਵ ਮੁੱਖ ਮੰਤਰੀ ਉਮਰ ਅਬਦੁੱਲਾ ਉਹਨ ਇੱਕ ਹਫਤੇ ਹੋਰ ਤੋੜੀ ਸੈਲਫ ਆਈਸੋਲੇਸ਼ਨ ਸ਼ੁਰੂ ਕਰਨ ਉਹਦੇ ਘਰ ਕੰਮ ਕਰਨ ਵਾਲੇ ਕਰਮਚਾਰੀਆਂ ਚੋਂ ਇੱਕ ਕਰਮੀ ਪੋਜ਼ਿਟਿਵ ਆਣੇ ਦੇ ਬਾਅਦ ਸੋਮਵਾਰੇ ਉਹਨੇ ਇਹ ਫੈਸਲਾ ਲੇਤਾ ਉਮਰ ਅਬਦੁੱਲਾਹ ਨੇ ਟਵਿੱਟਰ ਐਂਡ ਲੂਪਰ ਇਸ ਸਰਬੰਧਾ 'ਚ ਜਾਣਕਾਰੀ ਦਿੰਦੇ ਹੋਏ ਆਖਿਆ ਜੇ ਕਰਾਚੀ ਇੱਕ ਕਰਮਚਾਰੀ ਦੇ ਕੋਰੋਨਾ ਪੋਜ਼ਿਟਿਵ ਪਾਏ ਜਾਣ ਦੇ ਬਾਅਦ ਉਹਨੇ ਤੇ ਉਹਦੇ ਪਿਤਾ ਨੇ ਅਗਲੇ ਇੱਕ ਹਫਤੇ ਤੋੜੀ ਆਈਸੋਲੇਸ਼ਨ ਚ ਰੋਣੇ ਦਾ ਨਿर्णय ਲਾਤਾ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੂਰੋ ਨੇ ਆਖਿਆ ਜੀ ਪੀਪਲ ਅਲਾਈਅንስ ਫਾਰ ਗੁਪਕਾਰ ਡੈਕਲੇਰੇਸ਼ਨ ਜੰਮੂ ਕਸ਼ਮੀਰ 'ਚ ਬੈਲਿਡ ਦੀ ਨਈ ਬੁਲੇਟ ਦੀ ਰਾਜਨੀਤੀ ਕਰਾਰਤਾ। ਬਾਸ਼ਪਾ ਬੈਲਟ ਰਾਏ ਲੋਕਤੰਤਰ ਦੀ ਮਜ਼ਬੂਤ ਬਣਾਉਣ ਦੀ ਰਾਹ ਉੱਪਰ ਹੈ ਤੇ ਦੂਈ ਬੱਖੀ ਗੁਪਕਾਰ ਅਲਾਈਅੰਸ ਗੋਲੀ ਕਰਨੇ ਲੋਕਾਂ ਦੀ ਡਰਾਣੇ ਦੀ ਕੋਸ਼ਿਸ਼ ਕਰ ਰਹਾ ਹੈ ਜੰਮੂ ਕਸ਼ਮੀਰ ਚ ਭਾਜਪਾ ਦੇ ਪ੍ਰਚਾਰ ਦੀ ਕਮਾਨ ਸੰਭਾਲਦੇ ਹੋਈ ਅਨੁਰਾਗ ਠਾਕੁਰ ਹੋਰ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਈ ਸੋਮਵਾਰ ਨੇ ਇਹ ਗੱਲ ਆਖੀ ਜੰਮੂ ਸੰਭਾਗ ਦੇ ਜ਼ਿਲ੍ਹਾ ਸਾਂਬਾ ਤੇ ਜ਼ਿਲ੍ਹਾ ਕਠੂਆ ਚ ਪਾਰਟੀ ਉਮੀਦਵਾਰਾਂ ਦੇ ਸਮਰਥਨ ਚ ਪ੍ਰਚਾਰ ਕਰਾਰਦੇ ਅਨੁਰਾਗ ਠਾਕੁਰ ਹੋਰ ਨੇ ਕਸ਼ਮੀਰ ਚੂ ਕੁਸੇ ਰਾਜਨੀਤਿਕ ਦਲ ਦਾ ਨਾਂ ਲੈਤੇ ਵਗੈਰਾ ਆਖਿਆ ਜੇ ਚੀਨ ਤੇ ਪਾਕਿਸਤਾਨ ਦੇ ਹਮਾਇਤੀ ਬੰਨੇ ਦੇ ਕੰਨੇਗਾ ਤਿਰੰਗੇ ਦੇ ਖਿਲਾਫ ਬਿਆਨ ਬੋਲਨੇ ਵਾਲੇ ਨੇਤਾ ਸਵਾਰਥੀਨ ਉਹਦੇ ਪਰਿਵਾਰੇ ਪਿਛਲੇ 7 ਦਸ਼ਕੇ ਥਵਾ ਸਵਾਰਥੀ ਰਾਜਨੀਤੀ ਕਰਦਿਓਈ ਜੰਮੂ ਕਸ਼ਮੀਰ ਦੇ ਲੋਕਾਂ ਦੇ ਇਤੇਗੀ ਦਾਅ ਉੱਪਰ ਲਾਇਆ माजिद वानी जी हो के के अमला जी हो वानी जी हो ये इनके नाम जो आए हैं कांग्रेस के ये भी और ऐसी लंबी लिस्ट है जो नेताओं की अधिकारियों की है जो इस घोटाले से जुड़ी है इन सभी पार्टियों को गुप्तकार गैंग के सदस्यों को जम्मू कश्मीर और देश की जनता को बताना चाहिए क्या मजबूरी थी कि इन्होंने प्रदेश की जमीनों पर जंगलात की जमीनों पर सरकार की जमीनों पर कब्जे किए इन्होंने कानून बनाकर उसको दुरुपयोग किया समय समय पर उसका बदलाव उस समय के मुख्यमंत्री सरकारों ने किया और ये अपने आप को जमीनी नेता कहने वाले जमीनों के और जमीन घोटालों के नेता कैसे बन गए दलाल कैसे बन गए इसका जवाब इनको प्रदेश की और देश की जनता को देना ही होगा ये चंद सवाल में मीडिया के मित्रों के माध्यम से छोड़कर जा रहा हूं। अगले कुछ दिनों में कुछ और सवाल जवाब लेकर आएंगे लेकिन तब तक केवल इतना ही कहता हुआ मैं अपनी बात को समाप्त करूँ उन बेला ब्रेक मिलने ब्रेक के बाद मजबूती की पहचान ए सी सी सीमेंट मैसेस जसवाल एंड सन्स ऑथोराइज स्टोक ए सी सी सीमेंट फोर्टी फाइव -सी -सी ट्रांसपोर्ट नगर जम्मू ब्रेक ਦੇ ਬਾਅਦ ਪਰਤੀਏ ਤੁੰਦਾ ਸਵਾਗਤ ਹੈ ਹਫਤੇ ਦੇ ਲਿਖੇ ਜੋਖੇ ਚ ਗਾਂਧੀ ਗਲੋਬਲ ਫੈਮਲੀ ਬਖਿਆ ਬੁੱਧਵਾਰੇ ਮੈਡੀਕਲ ਰੀਲੀਫ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਚ ਲੋਕਾਂ ਕੀ ਕੋਵਿਡ 19 ਦੇ ਪ੍ਰਤੀ ਜਾਗਰੂਕ ਕੀਤਾ ਗਿਆ ਤੇ ਲੋਕਾਂ ਚ ਮੁਫਤ ਦਵਾਈਆਂ ਵੰਡੀਆਂ ਗਈਆਂ ਆਇਆ ਜੈਮ ਦਾ ਔਰ ਇਸਵੇਂ ਹਮਾਰੇ ਸਬਰਵਾਲ ਜੀ ਵੀ ਇਨਕੋਰਸ ਮਾਨਿਤ ਕੀਤਾ ਗਿਆ ਹੈ ਜੋ ਯਹਾਂ ਪੇ ਨੇ ਬੇਟੀਆਂ ਕੀ ਫ੍ਰੀ ਸ਼ਾਦੀਆਂ ਕਰਵਾਈਆਂ ਹੈ ਔਰ ਆਪਣੇ ਹੀ ਜੇਬ ਸੇ ਫ੍ਰੀ ਰਾਸ਼ਨ ਵੀ ਵੰਟਾਇਆ ਹੈ

ਵਾਸ਼ਪਾਈ ਗੀਗੇ ਡੇਂਗਨ ਉਹਨੇ ਆਖਿਆ ਜਿਹੜਾ 70 ਸਾਲ ਨੇ ਥਾਂ ਕਿਛ ਨਹੀਂ ਕਰੀ ਸਕੇ ਉਹ ਉਹਨ ਵਾਸ਼ਪਾ ਦੇ ਖਿਲਾਫ ਦੁਸ਼ ਪ੍ਰਚਾਰ ਕਰਾ ਦੇਣ ਲੇਕਿਨ ਲੋਗ ਉਨਦੇ ਚਾਂਸੀਚ ਆਨੇ ਵਾਲੇ ਨਹੀਂ ਹਨ ਉਹਨੇ ਇਹ ਵੀ ਆਖਿਆ ਜੇ ਗੁਪਕਾਰ ਗੈਂਗ ਦੇ ਲੋਕ ਪ੍ਰਚਾਰ ਕਰਾਰ ਦੇਣ ਜੇ ਨਵੀਂ ਭੂਮੀ ਕਾਨੂੰਨ ਚ ਲੋਗੇ ਦੀ ਜ਼ਮੀਨ ਛਿਨੀ ਲੈਂਤੀ ਜਾ ਜਬਕਿ ਕੋਈ ਵੀ ਜ਼ਮੀਨ ਨਹੀਂ ਛੀਨੀ ਸਕਦਾ ਉਹਨੇ ਇਹ ਵੀ ਆਖਿਆ ਜੇ ਡੋਮਿਸਾਈਲ ਨੌਕਰੀਏ ਚ ਕਾਮਾਗ ਕਿ ਕੋਈ ਵੀ ਯੁਵਾ ਜਿਹੜਾ ਹੈ ਉਹਦਾ ਹੱਕ ਨਹੀਂ ਚੀਨਾ ਜਾイ ਸਕੇ ਵਿਪਕਸ਼ੀ ਪਾਰਟੇਂਗੀ ਆੜੇ ਅੱਥੇ ਲਾਂਦੇ ਹੋਏ ਉਹਨੇ ਆਖਿਆ ਕਿ ਜਿਸ ਲਈ ਡੋਗਰਾ ਪ੍ਰਮਾਨ ਪੱਤਰ ਕੈਬਨਿਟ ਚ ਰਾਦ ਦਵਾਹਾ ਉਸ ਲਈ ਕਾਂਗਰਸ ਤੇ 4 ਤੇ 35 ਪਾਰਟੀ ਦਾ ਇੱਕ ਮੰਤਰੀ ਵੀ ਉੱਥੇ ਮੌਜੂਦ ਹਾ ਉਸ ਲਈ ਕਿਸ ਨੇ ਵਿਰੋਧ ਨਹੀਂ ਕੀਤਾ ਉਹਨੇ ਆਖਿਆ ਜੀ ਗੁੱਪਕਾਰ ਗੈਂਗ ਜਿੰਨਾ ਮਰਜ਼ੀ ਦੁਸ਼ਪਚਾਰ ਕਰ ਲੈ ਲੋਕ ਉਨਚਾਂ ਸੇ ਨਹੀਂ ਆਂਗੜ ਇਸ ਮੌਕੇ ਉਪਰ ਬੀਡੀਸੀ ਉਮੀਦਵਾਰ ਕਰਨ ਕੁਮਾਰ ਜਨਕ ਭਾਰਤੀ ਮੰਡਲ ਪ੍ਰਧਾਨ ਰਾਜੀਸ਼ ਸਿੰਘ ਰਾਜੀਸ਼ ਮਿਆਤਾ ਵਾਨੂ ਪ੍ਰਕਾਸ਼ ਲक्की ਭਗਤ ਅਸ਼ੋਕ ਕੁਮਾਰ ਸਰਪੰਚ ਦਿਵਾਨ ਸਿੰਘ ਪ੍ਰੀਤਮ ਸਿੰਘ ਰਾਹੁਲ ਹਸ ਵਿਕਰਮ ਸਿੰਘ ਤੇ ਮਤਿਆਰੇ ਗਨਮਾਨਯ ਲੋਕ ਉਪਸਥਿਤ ਹੈ ਜੰਮੂ ਕਸ਼ਮੀਰ ਦੇ ਪੁਰਵ ਮੂખ્ય ਸਚੀ ਮੋਹਮਦ ਸ਼ਾਫੀ ਪੰਡਿਤ ਰੋਸ਼ਨੀ ਐਕਟ ਦੇ ਤਹਿਤ ਤਮਾਮ ਅਵੰਟਨ ਰੱਦ ਕਰਨ ਦੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪੁੱਛੀ ਗਈ ਹਾਈ ਕੋਰਟ ਨੇ 9 ਅਕਤੂਬਰ ਦੀ ਆਪਣੇ ਆਦੇਸ਼ ਚ ਰੋਸ਼ਨੀ ਐਕਟ ਦੀ ਗੈਰ ਕਾਨੂੰਨੀ ਤੇ ਅਸਵਧਾਈ ਨੀ ਕਰਾਰ ਦਿੰਦੀ ਹੋਈ ਇਦੇ ਤਹਿਤ ਉਹ ਇਹਦੀ ਜ਼ਮੀਨ ਆਬੰਟਨ ਰੱਦ ਕਰਦੇ ਹੋਈ ਮਾਮਲੇ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੰਦੇ ਹਨ ਪੰਡਿਤ ਤੇ ਉੰਦੀ ਪਤਨੀ ਦਾ ਨਾਂ ਵੀ ਕਸ਼ਮੀਰ ਦੇ ਮੰਡਲ ਆਯੂਕਤ ਪਾਸਿਆ ਜਾਰੀ ਰੋਸ਼ਨੀ ਐਕਟ ਦੇ ਲਾਭਾਰਤੀ ਦੀ ਸੂਚੀ ਚ ਆਇਆ 1969 ਬੈਚ ਦੇ ਆਈਏਐਸ ਅਧਿਕਾਰੀ ਪੰਡਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਿ ਉਹਨੇ ਕੀ ਨਿਆਂਪਾਲਿਕਾ ਉਪਰ ਪੂਨ ਵਿਸ਼ਵਾਸ ਹੈ ਤੇ ਉਹਨੇ ਕੀ ਉਮੀਦ ਹੈ ਜੇ ਸੁਪਰੀਮ ਕੋਰਟ ਤੋਲੇਗੇ ਉਹਦਾ ਪੱਖ ਸੁਣਗ ਉਹਨੇ ਇਹ ਵੀ ਸਪਸ਼ਟ ਕੀਤਾ ਜੇ ਉਹ ਆਪਣੀ ਸਸਦੀ ਜ਼ਮੀਨ ਉੱਪਰ ਕਾਨੂੰਨੀ ਤੌਰ 'ਤੇ ਰਿਵਾਇਦਨ ਉਹਦਾ ਇਹ ਵੀ ਆਖਣਾ ਹੈ ਜੇ ਹਾਈ ਕੋਰਟ ਦੇ ਉਹ ਇਹਦੇ ਫੈਸਲੇ ਦੇ ਬਾਅਦ ਉਹਦਾ ਤੇ ਉਹਦੀ ਪਤਨੀ ਦਾ ਨਾਮ ਸੂਚੀ 'ਚ ਸ਼ਾਮਿਲ ਕੀਤਾ ਗਿਆ ਤੇ ਇਸ ਸੂਚੀ ਦੇ ਸੱਬੇ ਲਬਾਰ ਤਿੰਗੀ ਗਲਤ ਤਰੀਕੇ ਗਨੇ ਦੱਸਿਆ ਜਾ ਰਦਾ ਹੈ ਇਹ ਸੂਚੀ ਸਹੀ ਨਹੀਂ ਹੈ ਕਸਵੈਚ ਗੈਸ ਏਜੰਸੀ ਦੇ ਨੇੜੇ ਰਾਜਮਾਰਗ ਉੱਪਰ ਵੀਰਵਾਰੇ ਸ਼ਾਮਿਲ ਇੱਕ ਸੈਨਾ ਦੇ ਵਾਹਨ ਤੇ ਕੈਂਟਰ 'ਚ ਜ਼ਬਰਦਸਤ ਟੱਕਰ 'ਚ ਕੈਂਟਰ ਪੂਰੀ ਚਾਲੀ ਕਨੇ ਜਲ ਗਿਆ ਸੈਨਾ ਦੇ ਵਾਹਨ 'ਗੀ ਭਾਰੀ ਨੁਕਸਾਨ ਪੁੱਜਿਆ ਸੂਤਰੇ ਦੇ ਮਿਲੀ ਜਾਣਕਾਰੀ ਦੇ ਅਨੁਸਾਰ ਸੈਨਾ ਦਾ QRT ਦਾ ਵਾਹਨ ਗਸ਼ਤ ਲਾਰਦਾ ਹ ਇਸ ਦੌਰਾਨ ਪਠਾਨਕੋਟ ਥਾਣਾ ਬੜੀ ਬ੍ਰੈਮਣਾ ਜ਼ਾਰ ਦੇ ਕੈਂਟਰ ਕਨੇ ਜ਼ੋਰਦਾਰ ਟੱਕਰ ਹੋਈ ਗਈ ਇਹਦੇ ਕਨੇ ਕੈਂਟਰ ਦੇ ਡੀਜ਼ਲ ਦੀ ਟੰਕੀ ਫਟ ਗਈ ਤੇ ਉਹਦੇ 'ਚ ਅੱਗ ਲੱਗ ਗਈ ਇਦੇ ਵਿੱਚ ਸੈਨਾ ਦੇ ਵਾਹਨ ਵੀ ਕੀ ਵੀ ਕਾਫੀ ਨੁਕਸਾਨ ਪੁੱਜਿਆ ਹੈ ਕੈਂਟਰ ਦੇ ਚਾਲਕ ਕੁਲਦੀਪ ਸਿੰਘ ਨੇ ਦੱਸਿਆ ਜਿ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਚ ਸੀਮੈਂਟ ਲਈ ਹੈ ਬੜੀ ਬ੍ਰਹਿਮਣਾ ਇਹ ਕੈਂਟਰ ਚਾਰਦਾ ਹ ਇਸ ਦੌਰਾਨ ਅਚਾਨਕ ਇਹ ਆਸ ਹੋਇ ਗਿਆ ਆ ਸਿੱਚੂ ਕੈਂਟਰ ਚਾਲਕ ਸਹਿਤ ਸੈਨੇ ਕਰਮੀ ਬਾਲਬਲ ਬਚੀ ਗਏ ਪੁਲਿਸ ਨੇ ਮਾਮਲਾ ਦਰਜ ਕਰ ਲਾਤਾ ਤਵਾਰੀ ਪੁਲਿਸ ਸਟੇਸ਼ਨ ਪੱਕਾ ਡੰਗਾ ਚ ਜਾਗਰੂ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਬਾਲ ਨਿਕੇਤਨ ਦੇ ਬੱਚੇਂ ਕੀ ਪੁਲਿਸ ਦੀ ਕਾਰਕਰਦਗੀ ਬਾਰੇ ਜਾਗਰੂ ਕੀਤਾ ਗਿਆ। ਦਾ ਮਤਲਬ ਹੁੰਦਾ ਹੈ ਸਟੇਸ਼ਨ ਹਾਊਸ ਅਫਸਰ। ਕੀ ਹੁੰਦਾ ਹੈ? OK। ਤੋਂ ਜੋ ਐਸਓ ਹੁੰਦੇ ਹੈ ਉਹ ਇੰਸਪੈਕਟਰ ਜਾਂ जो होते हैं वो सुपरवाइज करते हैं वो एक गैजेटेड ऑफिसर होता है नीली टोपी वाला वो है सतीश कुमार जी ये एस डी पी ओ है इनके अंदर और भी पक्का डंगा जैसे थाने आते हैं समझ है बात अब एस डी पी ओ जो सब डिविजन देखते हैं पुलिस स्टेशन की उनका हेड होता है आ, एक सुपरिटेंडेंट ऑफ पुलिस जो कि मैल तो ये तीन है

मजबूती की पहचान ए सी सी सीमेंट मैसेस बिशनदास जसवाल एंड सन्स ऑथोराइज स्टॉकेस्ट ए सी सी सीमेंट फोर्टी फाइव ट्रांसपोर्ट नगर जम्मू